ਬੋਲੋ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਆਪਣੇ ਸੱਜਣ ਮਿੱਤਰ ਭਰਾਵਾਂ ਨੂੰ ਸ਼ਿਵਰਾਤਰੀ ਦੀਆਂ ਅਲੱਗ ਅਲੱਗ ਵਧਾਈਆਂ ਦਿੰਦਾ ਅਤੇ ਜੈਕਾਰਾ ਵੀਰ ਬਜਰੰਗੇ ਅਤੇ ਪਰਮਾਤਮਾ ਭੋਲੇਨਾਥ ਜੀ ਦਾ ਜਨਮ ਦਿਹਾੜਾ ਇਹ ਜੋ ਇਹਨਾਂ ਦਾ ਵਿਆਹ ਦਾ ਇਹਨਾਂ ਦੇ ਉਪਲਕਸ਼ ਦੇ ਵਿੱਚ ਅਸੀਂ ਆਪਣੇ ਨਿਊ ਸ਼ਿਵ ਸ਼ਕਤੀ ਮੰਦਰ 'ਤੇ ਹਰ ਸਾਲ ਬਹੁਤ ਅੱਛੀ ਧੂਮਧਾਮ ਨਾਲ ਸ਼ਰਧਾ ਨਾਲ ਸਾਰੀ ਸਾਧ ਸੰਗਤ ਦਾ ਪਰਮਾਤਮਾ ਦੇ ਨਾਲ ਮਿਲਾਨ ਦਰਸ਼ਨ ਕਰਵਾਉਂਦੇ ਹਾਂ ਅਤੇ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਵਾਰ ਵੀ ਸਭ ਭਰਾਵਾਂ ਨੇ ਇਕੱਠੇ ਹੋ ਕੇ ਸਮੂਹ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਮੰਦਰ ਦੇ ਵਿੱਚ ਸ਼ਰਧਾ ਅਤੇ ਧੂਮਧਾਮ ਦੇ ਨਾਲ ਲੰਗਰ ਲਗਵਾਇਆ ਜਿਸ ਵਿੱਚ ਕੁੜੀ ਛੋਲੇ ਅਤੇ ਆਪਣਾ ਭੰਗੜਾ ਪ੍ਰਸ਼ਾਦ ਕੀਤਾ ਜਾਏਗਾ ਅਤੇ ਮੇਰੀ ਸਾਰੇ ਭਰਾਵਾਂ ਨੂੰ ਵੱਧ ਚੜ੍ਹ ਕੇ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਸ ਸਾਡੇ ਲੰਗਰ ਦੇ ਵਿੱਚ ਹਿੱਸਾ ਲੈਣ ਅਤੇ ਲੰਗਰ ਪ੍ਰਸ਼ਾਦ ਪਾਣੀ ਛਕਣ ਤਾਂ ਜੋ ਪਰਮਾਤਮਾ ਦਾ ਆਸ਼ੀਰਵਾਦ ਉਹਨਾਂ ਨੂੰ ਮਿਲ ਸਕੇ। ਹਾਂਜੀ ਇੰਨਾ ਕਹਿੰਦਾ ਹੋਇਆ ਮੈਂ ਸਾਰਾ ਧੰਨਵਾਦ ਕਰਦਾ ਸਾਰੇ ਭਰਾਵਾਂ ਨੂੰ ਅੱਜ ਸ਼ਿਵਰਾਤਰੀ ਦੇ ਮੌਕੇ 'ਤੇ ਬਹੁਤ ਬਹੁਤ ਮੁਬਾਰਕਾਂ। ਵਿਸ਼ੇਸ਼ ਸ਼ਿਵਰਾਤਰੀ ਦੇ ਮੌਕੇ 'ਤੇ ਇੱਕ ਛੋਟੀ ਅਪੀਲ ਕਰਨਾ ਚਾਹੁੰਦਾ ਆਪਣੇ ਸਾਰੇ ਭਰਾਵਾਂ ਨੂੰ ਕਿ ਇਸ ਵਾਰਡ ਨੰਬਰ 48 ਦੇ ਵਿੱਚੋਂ ਭੋਲੇ ਸ਼ੰਕਰ ਦੀ ਕਿਰਪਾ ਦੇ ਨਾਲ ਅਤੇ ਸਾਡੀ ਜਿਹੜੀ ਪਾਰਟੀ ਹੈ BSP ਪਾਰਟੀ ਬਹੁਜਨ ਸਮਾਜ ਪਾਰਟੀ ਸਾਡੀ ਉਸਦੇ ਵਿੱਚ ਜੋ ਕੈਂਡੀਡੇਟ ਮੇਰਾ ਛੋਟਾ ਵੀਰ ਖੜਾ ਜਿਹੜਾ ਮੇਰਾ ਨਾਮ ਕੁਲਦੀਪ ਇਹਨਾਂ ਨੂੰ ਇਸ ਵਾਰ ਨਵਾਜਿਆ ਗਿਆ ਟਿਕਟ ਵਜੋਂ ਅਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੀਆਂ ਸਾਡੀਆਂ ਵੋਟਾਂ ਨੇ ਸਮਾਜ ਦੀਆਂ ਸਮੂਹ ਵਾਲਮੀਕ ਸਮਾਜ ਦੀਆਂ ਜਿਹੜੀਆਂ ਵੋਟੀਆਂ ਹੋਰ ਭਾਈਚਾਰੇ ਦੀਆਂ ਜਿਹੜੀਆਂ ਵੋਟਾਂ ਨੇ ਉਹਨੂੰ ਪਾ ਕੇ ਵੱਧ ਤੋਂ ਵੱਧ ਲੀਡ ਨਾਲ ਜਿਤਾਓ ਅਤੇ ਜਿਹੜੀਆਂ ਬਾਕੀ ਹੋਰ ਜਿਹੜੇ ਬੰਦੇ ਖੜ੍ਹੇ ਆ ਸਾਡੀਆਂ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਸਭ ਨੂੰ ਸਮਾਜ ਵੱਲੋਂ ਇੱਕ ਵਧੀਆ ਜਵਾਬ ਮਿਲ ਸਕੇ ਤਾਂ ਜੋ ਜਿਹੜਾ ਸਾਡੇ ਨਾਲ ਵਿਤਕਰੇਬਾਜ਼ੀ ਹੁੰਦੀ ਰਹੀ ਹੈ ਹੁਣ ਤੱਕ ਉਸ ਵਿਤਕਰੇਬਾਜ਼ੀ ਦਾ ਜਿਹੜਾ ਜਵਾਬ ਹੁਣ ਅਸੀਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਦੇ ਸਕਦੇ ਹਾਂ ਇਹ ਭਰਾ ਨੂੰ ਵੱਧ ਤੋਂ ਵੱਧ ਲੀਡ ਨਾਲ ਅਸੀਂ ਜਿਤਾਈਏ। ਧੰਨਵਾਦ। ਜੈ ਵਾਲਮੀਕੀ ਜੈ ਭਾਰਤ ਜੈ ਭੀ।